ਰੋਪੜ ਦੀ ਪ੍ਰੀਤ ਕਲੋਨੀ ਵਿੱਚ ਕਾਰ ਸਵਾਰ 5 ਲੁਟੇਰੇ ਇੱਕ ਘਰ ਦੇ ਅੰਦਰ ਦਾਖਲ ਹੋ ਕੇ ਬਜ਼ੁਰਗ ਤੋਂ ਪਿਸਤੌਲ ਦੀ ਨੂਕ ਤੇ ਹੀਰੇ ਦੇ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਲੁਟੇਰੇ ਬਜ਼ੁਰਗ ਵਿਅਕਤੀ ਸੁਖਵਿੰਦਰ ਸਿੰਘ ਤੋਂ ਇੱਕ ਖਾਲੀ ਚੈੱਕ ਤੇ ਦਸਤਖਤ ਕਰਵਾ ਕੇ ਵੀ ਲੈ ਗਏ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਬਜ਼ੁਰਗ ਵਿਅਕਤੀ ਨੂੰ ਘਰ ਵਿੱਚ ਬੰਨ ਕੇ ਫਰਾਰ ਹੋ ਗਏ। ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਮੌਜੂਦ ਵਾਰਦਾਤ ਵਾਲੀ ਥਾਂ ਤੇ ਗੱਡੀ ਵਿੱਚ ਪੁੱਜੇ ਲੁਟੇਰਿਆਂ ਦੀ ਇਸ ਵਾਰਦਾਤ ਨੇ ਕਈ ਸਵਾਲ ਵੀ ਖੜੇ ਕੀਤੇ ਹਨ, ਜਦਕਿ ਪੁਲਿਸ ਵਾਰਦਾਤ ਦੀ ਜਾਂਚ ਵਿੱਚ ਜੁਟ ਗਈ ਹੈ। CCTV ਕੈਮਰਿਆਂ ਵਿੱਚ ਕੈਦ ਹੋਈਆਂ ਗੱਡੀ ਦੀਆਂ ਤਸਵੀਰਾਂ ਤੋਂ ਜਾਪ ਰਿਹਾ ਹੈ ਕਿ ਗੱਡੀ ਦੇ ਨੰਬਰ ਨਾਲ ਛੇੜਛਾੜ ਕੀਤੀ ਹੋਈ ਹੈ ਤੇ ਤੰਗ ਗਲੀਆਂ ਵਿੱਚੋਂ ਬੜੀ ਫੁਰਤੀ ਦੇ ਨਾਲ ਲੁਟੇਰਿਆਂ ਵੱਲੋਂ ਇਹ ਗੱਡੀ ਮੋੜੀ ਗਈ। ਲੁੱਟ ਦਾ ਸ਼ਿਕਾਰ ਹੋਇਆ ਬਜ਼ੁਰਗ ਵਿਅਕਤੀ ਸੁਖਵਿੰਦਰ ਸਿੰਘ ਲੋਕ ਨਿਰਮਾਣ ਵਿਭਾਗ ਤੋਂ ਬਤੌਰ ਅਸਿਸਟੈਂਟ ਇੰਜੀਨੀਅਰ ਸੇਵਾ ਮੁਕਤ ਹੋਇਆ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮਿੰਟ 'ਤੇ ਦੋ ਬੰਦੇ ਆਏ ਸੀਗੇ, ਇੱਕ ਹਿੰਦੂ ਜੱਟ ਸੀ, ਲੰਬਾ 6 ਫੁੱਟ ਕੱਦ ਸੀ, ਹਾਈਟ ਦੂਜਾ ਬੰਦੇ ਦੀ ਹਾਈਟ ਘੱਟ ਸੀਗੀ, 5 ਫੁੱਟ ਦੇ ਕਰੀਬ ਸੀਗੀ, ਅਤੇ ਬੈਗ ਪਾਇਆ ਹੋਇਆ ਸੀ ਉਹਨਾਂ ਨੇ। ਬੈਲ ਮਾਰੀ ਹੈ, ਮੈਂ ਆ ਕੇ ਦਰਵਾਜ਼ਾ ਖੋਲ੍ਹਿਆ ਅਤੇ ਕਹਿੰਦੇ ਮੈਨੂੰ ਮਾਂ ਪ੍ਰੋਪਰਟੀ ਲੈਣ ਭੇਜਿਆ ਬੱਸ ਸਟੈਂਡ ਤੋਂ ਵੀ ਤੁਸੀਂ ਕੋਈ ਮਕਾਨ ਵੇਚਣਾ ਇੱਦਾਂ ਕਰਨਾ। ਮੈਂ ਕਿਹਾ ਸਾਡੇ ਭਤੀਜੇ ਦਾ ਮਕਾਨ ਉਹ ਵੇਚਣਾ, ਮੈਂ ਕਿਹਾ ਨਾਲ ਇੱਧਰ ਸਾਡਾ ਹੈਗਾ। ਫਿਰ ਆ ਕੇ ਇੱਧਰ ਮਕਾਨ ਦੇਖਣ ਲੱਗ ਗਏ, ਦੇਖ ਕੇ ਆ ਕੇ ਬੈਠ ਗਏ ਉਰੇ, ਫਿਰ ਪਾਣੀ ਪੀਤਾ ਉਹਨਾਂ ਨੇ, ਕਹਿੰਦੇ ਪਾਣੀ ਪਿਲਾਓ ਸਾਨੂੰ, ਪਾਣੀ ਪਿਲਾਇਆ ਮੈਂ ਦੋਨਾਂ ਨੂੰ। ਉਦੋਂ ਫਿਰ ਕਹਿੰਦੇ ਪਿੱਛੇ ਕਮਰਾ ਦੇਖ ਲਈ, ਦੁਆਰਾ ਪਿੱਛੇ ਦੇਖਣ ਚਲੇ ਗਏ, ਬਸ ਉੱਥੇ ਮੈਨੂੰ ਉਹਨਾਂ ਨੇ ਰਿਵਾਲਵਰ ਦੀ ਨੋਕ 'ਤੇ ਉੱਥੇ ਬਿਠਾ ਲਿਆ, ਮੇਰੇ ਪੈਰ ਬੰਨ ਅਤੇ ਮੇਰੇ ਪਟਕੇ ਨਾਲ, ਅਤੇ ਰੱਸੀ ਕੱਢ ਲਈ, ਰੱਸੀ ਨਾਲ ਬੰਨਣ ਲੱਗੇ, ਅਤੇ ਫਿਰ ਕਹਿੰਦੇ ਜੋ ਵੀ ਪਿਛਾ ਕੱਢ ਦੇ। ਮੇਰਾ ਡਾਇਮੰਡ ਦਾ ਕੜਾ ਸੀਗਾ, 2 ਡਾਇਮੰਡ ਰਿੰਗ ਸੀਗੀਆਂ, ਘੜੀ ਸੀਗੀ ਇੱਕ, ਅਤੇ ਕੈਸ਼ 10-11 ਹਜ਼ਾਰ ਕੈਸ਼ ਪਿਆ ਸੀਗਾ, ਅਤੇ ਬਾਕੀ ਕੈਸ਼ ਮੈਂ ਹੋਰ ਪਾਸੇ ਰੱਖਿਆ ਸੀਗਾ। ਕਹਿੰਦੇ ਕੱਢ ਦੇਣੇ ਤਾਂ ਗੋਲੀ ਮਾਰ ਦੇਣੇ, ਉਹ ਕਹਿੰਦੇ ਮਾਰਦੇ ਗੋਲੀ ਕੋਈ ਗੱਲ ਨਹੀਂ। ਅਤੇ ਮੈਂ ਇੱਦਾਂ ਕਰਕੇ ਲੁੱਟ ਕੇ ਮੈਨੂੰ ਬੰਨ ਕੇ ਅੰਦਰ ਦਰਵਾਜ਼ੇ ਬੰਦ ਕਰਕੇ ਚਲੇ ਗਏ। 55 ਮਿੰਟ ਸੀਗਾ, ਚੈੱਕ ਲੈ ਕੇ ਗਏ, ਇਹ ਖਾਲੀ ਚੈੱਕ ਲੈ ਗਏ ਸਾਈਨ ਕਰਾ ਕੇ। ਅੱਛਾ, ਕੋਈ ਲੇਡੀ ਬੰਦੇ ਹੀ ਸੀਗੇ? ਦੋ ਬੰਦੇ। ਹਾਂ, ਕਿਉਂਕਿ ਕੋਈ ਲੇਡੀ ਆ, ਉਹਨੇ ਮਕਾਨ ਦੇਣਾ, ਉਹਨੇ ਇਨਵੈਸਟਮੈਂਟ ਪਰਪਜ਼ ਵਾਸਤੇ ਲੈਣਾ। ਆਪਣਾ ਸ਼ੁਭ ਨਾਮ ਕੀ? ਸੁਖਵਿੰਦਰ ਸਿੰਘ। ਪ੍ਰੀਤ ਕਲੋਨੀ, ਗਲੀ ਨੰਬਰ 5। ਫੋਨ ਆਇਆ ਜੀ ਤਕਰੀਬਨ 12:24 'ਤੇ, ਜੋ ਮੋਬਾਈਲ ਵਿੱਚ ਨੋਟ ਹੈ ਜੀ, ਅਤੇ ਅੰਕਲ ਕਹਿੰਦੇ ਕੁਲਦੀਪ ਕਿ ਮੈਨੂੰ ਬੰਦੇ ਘਰ ਆਏ, ਕਿ ਮੈਨੂੰ ਪਹਿਲਾਂ ਮਕਾਨ ਦੇਖਣ ਦੇ ਬਹਾਨੇ ਆਏ ਸੀ, ਮੈਨੂੰ ਅੰਦਰ ਜਦੇ ਵੜਿਆ ਮੈਂ ਉੱਥੇ ਪਾਣੀ ਪੀਆ, ਉਸ ਤੋਂ ਬਾਅਦ ਮੈਨੂੰ ਬੰਨ ਲਿਆ ਉਹਨਾਂ ਨੇ, ਰਿਵਾਲਵਰ ਦੇ ਨੋਕ 'ਤੇ ਰਿਵਾਲਵਰ ਦਿਖਾ ਤੇ ਮੈਨੂੰ ਉਹਨਾਂ ਨੇ, ਦੋਨਾਂ ਕੋਲ ਰਿਵਾਲਵਰ ਸੀ, ਪਿਸਟਲ ਸੀ, ਅਤੇ ਉਹ ਫਿਰ ਮੈਨੂੰ ਬੰਨਤਾ ਉਹਨਾਂ ਨੇ, ਮੇਰੇ ਪਟਕੇ ਨਾਲ ਮੇਰੇ ਪੈਰਾਂ ਨੂੰ ਬੰਨਤਾ, ਅਤੇ ਰੱਸੀ ਬੈਗ ਵਿੱਚ ਸੀ ਉਹਦੇ ਨਾਲ ਮੇਰੇ ਹੱਥ ਬੰਨਤੇ, ਅਤੇ ਮੇਰੇ ਕੜਾ ਲਾ ਲਿਆ, ਮੁੰਦੀਆਂ ਲਾ ਲਈਆਂ, ਅਤੇ ਕੁਛ ਜਿਹੜੇ ਅਲਮਾਰੀਆਂ ਖੋਲ੍ਹ ਕੇ ਗਏ ਆ ਉਹਦੇ 'ਚੋਂ ਕੈਸ਼ ਲੈ ਗਏ ਜੀ, ਕੁਛ ਕੱਢ ਕੇ ਜੀ। ਹਾਂਜੀ, ਹਾਲਾਤ ਕ੍ਰਿਟੀਕਲ ਕਾਫੀ ਖਰਾਬ ਹੋਏ ਹੋਏ ਆ ਜੀ, ਅਤੇ ਇਸ ਤਰ੍ਹਾਂ 3 ਦਿਨ ਪਹਿਲਾਂ ਇੱਕ ਜਨਾਨੀ ਰੈਕੀ ਵੀ ਕਰ ਰਹੀ ਸੀ, ਉਹ ਇੱਕ ਜਨ ਬੱਚੇ ਨੂੰ ਫੜਨ ਲੱਗੀ ਸੀ, ਉਹ ਕੁੜੀ ਨਾਲ ਬੈਂਸਬਾਜ਼ੀ ਹੋਈ ਹੈ ਜੀ ਉਰੇ, ਅਤੇ ਉਹ ਜਦੇ ਜਨਾਨੀ ਉਹ ਦੌੜ ਗਈ, ਮੈਂ ਉਹਦੀਆਂ ਫੋਟੋਜ਼ ਕਢਵਾ ਕੇ ਨਾ ਉਹ ਗਰੁੱਪ ਵਿੱਚ ਵੀ ਸ਼ੇਅਰ ਕਰੀਆਂ ਹੋਈਆਂ ਹੈ ਜੀ, ਕਿ ਉਹ ਜਨਾਨੀ ਕੌਣ ਹੈ ਪਤਾ ਕਰੋ ਜੀ। ਉੱਧਰ SHO ਪਵਨ ਕੁਮਾਰ ਦਾ ਕਹਿਣਾ ਹੈ ਕਿ ਲੁਟੇਰਿਆਂ ਦੀ ਪੈੜ ਨੱਪੀ ਜਾ ਰਹੀ ਹੈ। ਇਸ ਤਰ੍ਹਾਂ ਕਿ ਸਾਨੂੰ ਥੋੜ੍ਹੀ ਦੇਰ ਪਹਿਲਾਂ ਹੀ ਇੱਥੇ ਪ੍ਰੀਤ ਕਲੋਨੀ 'ਚ ਸੁਖਵਿੰਦਰ ਸਿੰਘ ਜੀ ਵੱਲੋਂ ਇਨਫੋਰਮ ਹੋਇਆ ਸੀ ਕਿ ਉਹਨਾਂ ਨਾਲ ਜਿਹੜੀ ਵਾਰਦਾਤ ਹੋਈ ਹੈ, ਸੋ ਮੈਂ ਮੌਕੇ 'ਤੇ ਆ ਗਿਆ ਸੀ। ਇਹਨਾਂ ਨੇ ਜਿਵੇਂ ਸਾਨੂੰ ਦੱਸਿਆ ਕਿ ਕੋਈ 12 ਵਜੇ ਦੇ ਕਰੀਬ 2 ਜਿਹੜੇ ਅਨਨੋਨ ਬੰਦੇ ਉਹਦੇ ਘਰ 'ਚ ਆਏ ਸੀ, ਔਰ ਉਹ ਇਹਨਾਂ ਨੂੰ ਡਰਾ ਕੇ ਕੁਛ ਨਾ ਕੁਛ ਗਹਿਣੇ ਲੱਗੇ। ਸੋ ਅਸੀਂ ਸਾਰੀ ਜਾਂਚ ਕਰ ਰਹੇ ਹਾਂ ਮੌਕੇ 'ਤੇ, ਅਤੇ ਅਸੀਂ ਫੋਲੋ ਕਰ ਰਹੇ ਹਾਂ ਸਾਰਾ CCTV ਵਗੈਰਾ, ਅਤੇ ਉਹਦੇ ਆਧਾਰ 'ਤੇ ਅਸੀਂ ਕਰ ਰਹੇ ਹਾਂ। ਚੱਕੀ ਲੱਗਦਾ ਕੋਈ ਹਥਿਆਰ ਦਿਖਾਇਆ ਜਾਂ ਕੀ ਸਮਾਨ ਲੁੱਟਿਆ? ਐਕਚੁਲੀ ਜਿਵੇਂ ਦੱਸਦਾ ਕਿ ਸਾਨੂੰ ਉਹਨਾਂ ਨੇ ਜਿਵੇਂ
ਡਰਾਇਆ ਤਾਂ ਹੈ ਹੀ ਵੀ ਜਿਹੜਾ ਤੁਹਾਨੂੰ ਪਿਸਤੌਲ ਨਾਲ ਮਾਰ ਦਾਂਗੇ। ਆਪਾਂ ਵੇਰੀਫਾਈ ਕਰ ਰਹੇ ਹਾਂ ਸਾਰੇ ਫੈਕਟ। ਲੁੱਟਕੋ ਕਿੰਨੀ ਕੁ ਸਮਾਨ ਕਿੰਨਾ ਕੁ ਦੱਸ ਰਿਹਾ? ਇਹ ਤਾਂ ਵੀ ਇੱਕ ਕੜਾ ਅਤੇ ਦੋ ਰਿੰਗਸ ਵਗੈਰਾ ਹੈਗੀਆਂ, ਬਾਕੀ ਹਜੇ ਡਿਟੇਲ ਲੈ ਰਹੇ ਹਾਂ।